हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਹੈਲਥ ਡਿਪਾਰਟਮੈਂਟ ਦੇ ਵਿੱਚ ਨਵੀਆਂ ਪੋਸਟਰਾਂ ਦੇ ਸਬੰਧ ਦੇ ਵਿੱਚ ਡਿਟੇਲ ਵਿੱਚ ਇਨਫੋਰਮੇਸ਼ਨ ਦਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਉਸ ਤੋਂ ਪਹਿਲਾਂ ਰਿਕਵੈਸਟ ਇਹ ਆ ਜਿਹੜੇ ਸਟੂਡੈਂਟ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਆ ਤੁਹਾਨੂੰ ਸਿੱਧਾ ਅੱਜ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਡਿਟੇਲ ਜਾਣਕਾਰੀ हां जी ਜਿਹੜਾ ਅੱਜ ਦਾ ਇਹ ਨੋਟੀਫਿਕੇਸ਼ਨ ਹੈ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਪੀਜੀਆਈ ਚੰਡੀਗੜ੍ਹ ਵੱਲੋਂ ਆਊਟ ਹੋਇਆ ਵਾ ਨੰਬਰ 1 ਤੇ ਜਿਹੜੀ ਵੈਕੈਂਸੀ ਆ ਫੀਲਡ ਵਰਕਰ ਦੀ ਇੱਕ ਪੋਸਟ ਆ ਕੁਆਲਿਫਿਕੇਸ਼ਨ ਬੀਏ ਇਨ ਸੋਸ਼ਲ ਸਾਇੰਸ ਮੰਗੀ ਗਈ ਆ ਅਤੇ ਤਨਖਾਹ ਆ ਜਿਹੜੀ ਉਹ ਤੁਹਾਡੀ 23000 ਪਲੱਸ ਰਹਿਣ ਵਾਲੀ ਆ ਠੀਕ ਹੈ ਜੀ ਸੋ ਅਪਲਾਈ ਕਿੱਦਾਂ ਕਰਨਾ ਵਾ ਇੰਟਰਸਟਿਡ ਕੈਂਡੀਡੇਟਸ ਸ਼ੁੱਡ ਸਬਮਿਟ देयर সিভি ਸਪੋਰਟਿੰਗ ਡਾਕੂਮੈਂਟਸ ਟੂ ਮਿਸਿਸ ਬਬੀਤਾ ਚੋਹਾਨ ਰੂਮ ਨੰਬਰ 529 ए 5th ਫਲੋਰ ਰਿਸਰਚ ਬਲਾਕ ਪੀ ਬਲਾਕ ਪੀਜੀਆਈ ਚੰਡੀਗੜ੍ਹ 7 ਨਵੰਬਰ ਤੱਕ ਤੁਸੀਂ ਸਬਮਿਟ ਕਰਵਾਉਣੇ ਹੋਣਗੇ ਇਸ ਤੋਂ ਬਾਅਦ ਡੇਟ ਆਫ ਇੰਟਰਵਿਊ 12 ਨਵੰਬਰ ਸਵੇਰੇ 11 ਵਜੇ ਰੱਖੀ ਗਈ ਆ ਜਿਹੜੇ ਕੈਂਡੀਡੇਟ ਸ਼ਾਰਟਲਿਸਟਡ ਹੋਣਗੇ ਉਹਨਾਂ ਨੂੰ ਮੇਲ ਜਾਂ ਕਾਲ ਦੇ ਥਰੂ ਦੱਸ ਦਿੱਤਾ ਜਾਵੇਗਾ ਸੋ ਇਹ ਸੀਗੀ ਜੀ ਅੱਜ ਦੀ ਇਨਫੋਰਮੇਸ਼ਨ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਇਸੇ ਤਰ੍ਹਾਂ ਹੋਰ ਲੇਟੈਸਟ ਅਪਡੇਟਸ ਲਈ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਸਟੱਡੀ ਐਂਡ ਕੈਰੀਅਰ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ